ਲਖੀਮਪੁਰ ਖੀਰੀ ਦੀ ਜੇ ਗੱਲ ਕਰੀਏ ਮਸ਼ਹੂਰ ਟਿਕੁਨੀਆਂ ਹਿੰਸਾ ਮਾਮਲੇ ਦੇ ਵਿੱਚ ਅਦਾਲਤ ਨੇ 14 ਦੋਸ਼ੀਆਂ ਤੇ ਦੋਸ਼ਾਇਦ ਕੀਤੇ ਨੇ ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਕਤਲ ਕਤਲ ਦੀ ਕੋਸ਼ਿਸ਼ ਸਮੇਤ ਵੱਖ-ਵੱਖ ਤਰ੍ਹਾਂ ਦੇ ਵਿੱਚ ਦੋਸ਼ੀ ਬਣਾਇਆ ਇਸ ਹਿੰਸਾ ਮਾਮਲੇ ਦੇ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਜੇ ਕੁਮਾਰ ਮਿਸ਼ਰਾ ਟੈਨੀ ਦਾ ਪੁੱਤਰ ਯਾਨੀ ਕਿ ਮੋਨੂ ਆਸ਼ੀਸ਼ ਮਿਸ਼ਰਾ ਮੁੱਖ ਦੋਸ਼ੀ ਪਾਇਆ ਗਿਆ ਇਸ ਹਿੰਸਾ ਵਿੱਚ ਚਾਰ ਕਿਸਾਨਾਂ ਸਮੇਤ 8 ਲੋਕਾਂ ਦੀ ਮੌਤ ਹੋਈ ਸੀ ਤੁਹਾਨੂੰ ਦੱਸ ਦਿੰਦੇ ਆ 5 ਦਸੰਬਰ ਨੂੰ ਆਸ਼ੀਸ਼ ਮਿਸ਼ਰਾ ਤੋਂ ਇਲਾਵਾ 13 ਹੋਰ ਦੋਸ਼ੀ ਵੀ ਸੀ ਜਿਨ੍ਹਾਂ ਦੀ ਡਿਸਚਾਰਜ ਅਰਧੀਆਂ ਨੂੰ ਰੱਦ ਅਦਾਲਤ ਨੇ ਕੀਤਾ ਇਹਨਾਂ ਮਾਨਯਾ ਅਦਾਲਤ ਦੇ ਵਿੱਚ ਪਟੀਸ਼ਨ ਰਾਹੀਂ ਆਪਣਾ ਪੱਖ ਵੀ ਪੇਸ਼ ਕੀਤਾ ਸੀ ਤੇ ਕਿਹਾ ਸੀ ਉਹ ਮਲਜ਼ਮ ਨਹੀਂ ਸੋ ਉਹ ਪੂਰੀ ਤਰ੍ਹਾਂ ਬੇਗਸੂਰ ਨੇ ਪਰ ਅਦਾਲਤ ਨੇ ਮਲਜ਼ਮਾ ਦੀ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੋ ਤੁਹੇ ਪਾਸੇ ਗੱਲ ਕਰਦੇ ਹਾਂ ਕਿ ਇਹਨਾਂ ਤੇ ਜਿਹੜੀਆਂ ਧਾਰਾਵਾਂ ਨੇ ਕਿਹੜੀਆਂ-ਕਿਹੜੀਆਂ ਲਖੀਮਪੁਰ ਅਦਾਲਤ ਦੇ ਵੱਲੋਂ ਲਗਾਈਆਂ ਗਈਆਂ ਇਹਨਾਂ ਖਾਸ ਮੁਲਜ਼ਮਾਤੀ ਸੋ ਇਹ ਜੇਕਰ ਗੱਲ ਕਰੀਏ ਪੁਲਸ ਦੀ ਤਾਂ ਸੁਸ਼ੀਲ ਸ਼ਰਵਾਸਬ ਦੀ ਅਦਾਲਤ ਦੇ ਵਿੱਚ ਧਾਰਾ 147 48 149 326 ਅਤੇ 302 120 ਬੀ 427 ਅਤੇ ਧਾਰਾ 170 ਦੇ ਤਹਿਤ ਦੋਸ਼ ਆਇਦ ਕੀਤੇ ਗਏ ਨੇ ਅਦਾਲਤ ਨੂੰ ਸਾਰੇ ਮੁਲਜ਼ਮਾਂ ਦੇ ਖਿਲਾਫ ਦੋਸ਼ਾਇਦ ਕਰਨ ਲਈ ਲੋੜਿੰਦੇ ਆਧਾਰ ਮਿਲ ਚੁੱਕੇ ਨੇ ਇਸ ਤੋਂ ਇਲਾਵਾ ਮੁਲਜ਼ਮ ਸੁਮਿਤ ਜੈਸਵਾਲ ਖਿਲਾਫ ਧਾਰਾ ਮਿਸ਼ਰਾ ਅੰਕਿਤ ਦਾਸ ਲਤੀਫ ਅਤੇ ਸਤਿਅਮ ਦੇ ਖਿਲਾਫ ਧਾਰਾ ਲਗਾਈ ਗਈ ਹੈ ਨੰਦਨ ਸਿੰਘ ਬੇਸਟ ਖਿਲਾਫ ਵੀ ਹਜੜੇ ਨੇ ਦੋਸ਼ ਆਇਦ ਕੀਤੇ ਗਏ ਨੇ ਤੁਹਾਨੂੰ ਇੱਥੇ ਵੀ ਦੱਸ ਦਿੰਨੇ ਆ ਆਖਰ ਇਹ ਲਖੀਮਪੁਰ ਮਾਮਲਾ ਹੈ ਕੀ ਸੀ ਦਰਅਸਲ ਖੀਰੀ ਦੇ ਵਿੱਚ ਜਿਨ੍ਹਾਂ ਦੇ ਵਿੱਚ 3 ਅਕਤੂਬਰ 2021 ਨੂੰ ਕਿਸਾਨ ਨਵੇਂ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਵਿੱਚ ਸੜਕਾਂ ਤੇ ਆ ਗਏ ਸੀ ਇਲਜ਼ਾਮ ਇਹ ਲੱਗੇ ਸੀ ਕਿ ਕੇਂਦਰੀ ਮੰਤਰੀ ਤੇ ਸਥਾਨਕ ਸੰਸਦ ਅਜੇ ਮਿਸ਼ਰਾ ਦੇ ਪੁੱਤਰ ਆਸ਼ੀਸ਼ ਮਿਸ਼ਰਾ ਨੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਡਰੜ ਦਿੱਤਾ ਜਿਸ ਤੋਂ ਬਾਅਦ ਹਿੰਸਾ ਹੋਰ ਵੀ ਭੜਕ ਚੁੱਕੀ ਸੀ ਇਸ ਹਿੰਸਾ ਦੇ ਵਿੱਚ ਚਾਰ ਕਿਸਾਨਾਂ ਸਮੇਤ ਕੁੱਲ 8 ਲੋਕਾਂ ਦੀ ਮੌਤ ਹੋਈ ਸੀ ਜਿਸ ਵਿੱਚ ਇੱਕ ਪੱਤਰਕਾਰ ਵੀ ਸ਼ਾਮਲ ਸੀ ਹੁਣ ਯੂਪੀ ਚੋਣਾਂ ਤੋਂ ਬਾਅਦ ਜ਼ਮਾਨਤ ਹੋ ਗਈ ਸੀ ਆਸ਼ੀਸ਼ ਮਿਸ਼ਰਾ ਦੀ ਆਸ਼ੀਸ਼ ਮਿਸ਼ਰਾ ਯੂਪੀ ਚੋਣਾਂ ਤੋਂ ਬਾਅਦ ਜ਼ਮਾਨਤ ਤੇ ਜੇਲ੍ਹ ਤੋਂ ਬਾਹਰ ਆਏ ਸੀ ਆਸ਼ੀਸ਼ ਮਿਸ਼ਰਾ ਦੀ ਜ਼ਮਾਨਤ ਰਿਹਾਈ ਦਾ ਮਾਮਲਾ ਸੁਪਰੀਮ ਕੋਰਟ ਤੱਕ ਪਹੁੰਚਿਆ ਸੁਪਰੀਮ ਕੋਰਟ ਨੇ ਜ਼ਮਾਨਤ ਨੂੰ ਰੱਦ ਕਰ ਦਿੱਤਾ ਅਤੇ ਮਾਮਲੇ ਨੂੰ ਨਵੇਂ ਸਿਰੇ ਤੋਂ ਵਿਚਾਰ ਲਈ ਲਾਹੌਰ ਹਾਈ ਕੋਰਟ ਨੂੰ ਭੇਜਿਆ ਇਸ ਤੋਂ ਬਾਅਦ ਲਾਹੌਰ ਹਾਈ ਕੋਰਟ ਨੇ ਇਹਨਾਂ ਦੀ ਜ਼ਮਾਨਤ ਪਟੀਸ਼ਨ ਨੂੰ ਰੱਦ ਕੀਤਾ ਤੇ ਪਟੀਸ਼ਨ ਖਾਰਜ ਹੋਣ ਤੋਂ ਬਾਅਦ ਆਸ਼ੀਸ਼ ਮਿਸ਼ਰਾ ਮੋਨੋ ਸੀਨ ਜਮਾਨਤ ਲਈ ਸੁਪਰੀਮ ਕੋਰਟ ਦਾ ਰ ਸੋ ਇਸ ਵੇਲੇ ਦੀ ਜਿਹੜੀ ਸਭ ਤੋਂ ਵੱਡੀ ਖਬਰ ਹੈ ਉਹ ਇਹ ਹੈ ਕਿ ਜਿਹੜਾ ਅਸ਼ੀਸ਼ ਮਿਸ਼ਰਾ ਹੈ ਉਹ ਮੁੱਖ ਕਾਤਲ ਯਾਨੀ ਕਿ ਨੋਇੰਗਲੀ ਉਸਨੇ ਕਿਸਾਨਾਂ ਦੇ ਕਤਲ ਦੀ ਕੋਸ਼ਿਸ਼ ਦੀ ਸਾਜ਼ਿਸ਼ ਦੇ ਤਹਿਤ ਉਸ ਵੇਲੇ ਖੀਰੀ ਦੇ ਵਿੱਚ ਜਿਹੜੀ ਉਹ ਗੱਡੀ ਸੀ ਉਹ ਭਜਾਈ ਜਿਸ ਦੇ ਵਿੱਚ ਕਾਫੀ ਸਾਰੇ ਕਿਸਾਨ ਡਰੜ ਕੇ ਮਾਰੇ ਜਾ ਚੁੱਕੇ ਨੇ ਸੋ ਆਪਣੇ ਆਪ ਦੇ ਵਿੱਚ ਇਹ ਬਹੁਤ ਵੱਡਾ ਫੈਸਲਾ ਹੈ ਜੋ ਕਿ ਕਿਸਾਨਾਂ ਤੇ ਸ਼ਾਇਦ ਮਰਹਮ ਦਾ ਕੰਮ ਵੀ ਕਰੇਗਾ